बंद बंद कटे गए फिर भी बेफिक्र है राशि। धीरज जस शोभा तेह बनिया। धीरज जस शोभा तीन चीजा ने। धीरज जिहदा मन डोलदा नहीं धीरज, जिहड़ा मन डोलदा धीरज कद जस और शोभा। जस और शोभा धीरज के पिछे ने, पहला नहीं है। धीरज के पिछे पिछे तुरियां फिरदियां जस शोभा जिन्हों राज कहते हैं। जिहदा धीरज डोलदा नहीं गुरबाणी तो, जिहड़ा गुरु के नाल खड़ गया सच ते खड़ गया, धीरज डोलदा नहीं जस और शोभा उहदे पिछे पिछे ने। जस और शोभा दे पिछे पिछे ने उहदे, जस शोभा तेह बणिया। हर हर नाम सरवण जे सुनिया, जिहने हर हर नाम सुन लिया, जिहने गुरबाणी दा जिहनूं गुरबाणी सरबणी सुनिया है, कन्नां नाल नहीं सुनिया। कन्ना ना सुनना होर गल, जिहड़े लोग कन्ना ना सुनते ने इधर सुन के इधर कढ़ दिंदे ने, सारे दो ने। असीं बाणी कन्ना ना सुनदे आ, बाणी नूं बिना कन्ना ते सुनो, इसे बाणी नूं भी बिना कन्ना ते सुनिया जा सकदा। जब आप पढ़ते हैं फिर बिना कन्ना ते सुनदे आ चुप करके, जब आप पढ़ते हैं ना चुप करके फिर बिना कन्ना ते सुनदे आ, जब पढ़ते हैं समझ आती है बिना कन्ना ते सुनदे ही आती है समझ। जिहड़ा लोग कहिंदे ने बाणी इस तरीके ने पढ़ो, आपने आप नूं सुणे मूर्ख ने, आप ही कहिंदा हुंदा मस्कीन कहिंदा रहा। जिहड़ा असीं वाहिगुरू कहिंदे सानूं सुनना चाहीदा, ਉਹ ਜਿਹੜਾ ਬੋਲ ਰਿਹਾ ਉਹਨੂੰ ਸੁਣਨ ਦੀ ਕੀ ਲੋੜ ਹੈ, ਮੂਰਖ ਆ, ਲੋਕਾਂ ਨੂੰ ਸੁਣਾਉਣ ਵਾਸਤੇ ਬੋਲਦਾ ਹੁੰਦਾ, ਉਹਦਾ ਮੂਰਖ ਹੈ। ਉਹਨੂੰ ਨਾਮ ਦਾ ਹੀ ਨਹੀਂ ਸੀ ਪਤਾ ਨਾਮ ਕੀ ਹੈ, ਪਤਾ ਵੀ ਉਹਨੂੰ ਕਿਵੇਂ ਲੱਗ ਜਾਂਦਾ। ਉਹਦਾ ਆਧਾਰ ਪੰਜ ਚਾਰ ਸ਼ਾਇਰ ਨੇ ਅਰਬੀ ਦੇ, ਉਹਦੇ ਗੁਰੂ ਨੇ ਗੁਰਬਾਣੀ ਨੂੰ, ਤਾਂ ਉਹਨੇ ਗੁਰੂ ਮੰਨਿਆ ਹੀ ਨਾ, ਉਹਨੂੰ ਗੁਰਬਾਣੀ ਦੀ ਸਮਝ ਆਈ ਹੈ ਨਾ, ਉਹਨੇ ਗੁਰਬਾਣੀ ਖੋਜੀ ਹੈ। ਆਧਾਰ ਲੈ ਕੇ ਜਦ ਲਿਆਉਂਦਾ ਸ਼ਾਇਰਾਂ ਨੂੰ ਆਧਾਰ ਲੈ ਕੇ ਗੱਲ ਕਰਦਾ, ਜਾਂ ਆਪਣੀ ਗੱਲ ਨੂੰ ਜਸਟੀਫਾਈ ਕਰਦਾ ਇਕਬਾਲ ਦੀ ਗੱਲ ਕਰਕੇ ਕਰਦਾ, ਸ਼ੇਖ ਸ਼ਾਦੀ ਦੀ ਗੱਲ ਕਰਦਾ, ਅਤੇ ਗੁਰੂ ਤਾਂ ਫਿਰ ਉਹਦੇ ਉਹ ਨੇ। ਗੁਰਬਾਣੀ ਉਹਦਾ ਗੁਰੂ ਨਹੀਂ ਹੈ, ਭਗਤ ਉਹਦੇ ਗੁਰੂ ਨਹੀਂ ਹੈ, ਭਗਤਾਂ ਦੀ ਗੱਲ ਨੂੰ ਉਹਨੂੰ ਜੋੜਨ ਦੀ ਕੋਸ਼ਿਸ਼ ਕਰਦਾ, ਉਹਦੇ ਨਾਲ ਉਹ ਕਿਵੇਂ ਜੁੜ ਜੂ, ਉਹ ਸਟੈਂਡਰਡ ਹੀ ਨਹੀਂ ਉਹਨਾਂ ਦਾ ਹੈ। ਇਹਨਾਂ ਸਟੈਂਡਰਡ ਦਾ ਜਿਹੜੇ ਬ੍ਰਹਮਾ ਦੇ ਉਪ ਅਵਤਾਰ ਨੇ ਉਹ ਤਾਂ ਉਹ ਵੀ ਨਹੀਂ ਹਨ, ਉਹ ਸ਼ਹਿਰ ਤਾਂ ਬ੍ਰਹਮਾ ਦੇ ਉਪ ਅਵਤਾਰ ਵੀ ਨਹੀਂ ਸ਼ਹਿਰ, ਉਹ ਕੀ ਜਾਣੇ ਬ੍ਰਹਮਾ ਦਾ ਉਪ ਅਵਤਾਰ ਕੀ ਹੁੰਦਾ, ਬ੍ਰਹਮਾ ਦਾ ਅਵਤਾਰ ਕੀ ਹੁੰਦਾ, ਮੁਸਕੀਨ ਕੀ ਜਾਣੇ ਇਹਨਾਂ ਗੱਲਾਂ ਨੂੰ ਵਿਚਾਰ। ਸ਼ਹਿਰਾਂ ਤੋਂ ਪ੍ਰਭਾਵਿਤ ਸੀ, ਸ਼ਹਿਰਾਂ ਤੋਂ ਪ੍ਰਭਾਵਿਤ, ਉਹੀ ਗੱਲ ਉਹ ਉਹਨੇ ਇੱਕ ਦਰਜੇ ਦੀ ਗੱਲ ਕਰ ਰਿਹਾ। ਸ਼ਹਿਰ ਤਾਂ ਮਨਮੁੱਖ ਸੀ, ਉਹਨਾਂ ਨੂੰ ਦੱਸੋ ਜੀ ਆਤਮ ਗਿਆਨ ਹੋਇਆ ਹੀ ਨਹੀਂ, ਇਹ ਆਤਮ ਗਿਆਨ ਦੀ ਗੱਲ, ਉਹ ਆਤਮ ਗਿਆਨ ਦੀ ਗੱਲ ਹੀ ਨਹੀਂ ਹੈ। ਸ਼ਹਿਰ ਨਹੀਂ, ਸ਼ਹਿਰ ਦਾ ਮਨ ਜਿਹੜਾ ਹੁੰਦਾ, ਸ਼ਹਿਰ ਦੇ ਹਮੇਸ਼ਾ ਮਨ ਦੀ ਉਡਾਰੀ ਹੁੰਦੀ, ਇੱਥੇ ਮਨ ਮਰੇ ਤੋਂ ਬਾਅਦ ਆਉਂਦੀ ਹੈ, ਗੁਰਬਾਣੀ ਪੈਦਾ ਹੀ ਮਨ ਮਰੇ ਤੋਂ ਬਾਅਦ ਹੁੰਦੀ ਹੈ, ਔਰ ਮਨ ਮਰੇ ਤੋਂ ਬਾਅਦ ਸਮਝ 'ਚ ਆਉਂਦੀ ਹੈ। ਜਿੰਨਾ ਚਿਰ ਮਨ ਉਡਾਰੀ ਮਾਰਦਾ ਗੁਰਬਾਣੀ ਸਮਝ 'ਚ ਨਹੀਂ ਆਊਗੀ ਕਦੇ ਵੀ, ਜਾਂ ਮਨ ਚੁੱਪ ਕਰ ਜੂਗਾ ਗੁਰਬਾਣੀ ਸਮਝ ਜ਼ਿਆਦਾ ਆਉਣ ਲੱਗ ਜਾਏ, ਕਿਉਂਕਿ ਚੁੱਪ ਕਰੇ ਹੋਏ ਮਨ ਦੀ ਹੋਈ ਇਹ ਪੈਦਾਇਸ਼ ਹੈ। ਚੁੱਪ ਕਰੇ ਹੋਏ ਮਨ ਤੋਂ ਵੀ ਬੋਲੀ ਗਈ ਹੈ, ਚੁੱਪ ਕਰਿਆ ਮਨ ਇਹਨੂੰ ਸਮਝ ਸਕਦਾ, ਜਿਹਦਾ ਮਨ ਜਿੰਨਾ ਚਿਰ ਬੋਲਦਾ ਉਹਨੂੰ ਕਦੇ ਸਮਝ ਬਾਣੀ ਆ ਜਾਵੇ ਹੋ ਨਹੀਂ ਸਕਦਾ। ਜਿਹੜਾ ਸ਼ਾਇਰਾਂ ਦੀਆਂ ਗੱਲਾਂ ਜਿਹਦੇ 'ਤੇ ਪ੍ਰਭਾਵ ਕਰਦੀਆਂ ਨੇ ਉਹਨੂੰ ਗੁਰਬਾਣੀ ਨਹੀਂ ਸਮਝ ਆਉਣੀ ਕਦੇ ਵੀ। ਸਭ ਸਿੱਖਣ ਕੋ ਦੋ ਪਾਤਸ਼ਾਹੀ ਸ਼ਾਇਰ ਤੇ ਜਿਹਨਾਂ ਨੇ ਲਿਖਿਆ, ਸ਼ਾਇਰ ਮਨਮੁੱਖ ਹੁੰਦੇ ਨੇ, ਉਹਦੇ ਸ਼ਹਿਰ ਦੀ ਸਤਿਗੁਰ ਕੀ ਰੀਤ ਸੇ ਕੱਚ ਵਿੱਚ ਜਿਹੜੇ ਬੋਲਦੇ ਤੇ ਉਹ ਸ਼ਹਿਰ ਹੁੰਦੇ ਨੇ। ਜਾਂ ਤਾਂ ਲਿਖੇ ਪੂਰੀ ਗੱਲ ਜਾਂ ਲਿਖੇ ਨਾ, ਮਿਹਰਬਾਨ ਵੀ ਲਿਖਦਾ ਰਿਹਾ ਉਹ ਵੀ ਸ਼ਹਿਰ ਹੀ ਸੀ ਨਾ, ਉਹਨੂੰ ਵੀ ਖੰਡਨ ਕੀਤਾ ਸਤਿਗੁਰ ਕੀ ਰੀਤ ਸੇ ਕੱਚ ਵਿੱਚ ਬੋਲਦੇ।
ਤਾਂ ਕੱਚ ਵਿੱਚ ਹੈ, ਕੱਚ ਵਿੱਚ ਬੋਲਣਾ ਅਪਰਾਧ ਹੈ। ਨਾਲੇ ਇਹਨਾਂ ਨੂੰ ਤਾਂ ਮਿਹਰਬਾਨ ਦੀ ਜ਼ਿਆਦਾ ਸਟੈਂਡਰਡ, ਮਿਹਰਬਾਨ ਦਾ ਸਟੈਂਡਰਡ ਬਹੁਤ ਜ਼ਿਆਦਾ ਇਹਨਾਂ ਨੂੰ, ਫਿਰ ਵੀ ਕੱਚ ਵਿੱਚ ਹੈ ਉਹ ਜੀ। ਗੁਰਮੁਖ ਜੇ ਘਟ ਰਹੇ ਸਮਾਈ, ਨਾਨਕ ਤੇ ਜਨ ਮਿਲੀ ਵਡਾਈ। ਅਵਤਾਰ ਬਾਣੀ ਇਹ ਵੀ ਕੱਚ ਵਿੱਚ, ਇਹ ਸਭ ਅਪਰਾਧ ਨੇ, ਰੀਸ ਕਰਨੀ ਅਪਰਾਧ ਹੈ, ਕਿਉਂਕਿ ਮੈਸੇਜ ਗਲਤ ਜਾਊਗਾ ਦੁਨੀਆ ਨੂੰ, ਤੂੰ ਗਲਤ ਦਿਸ਼ਾ ਦੇ ਰਿਹਾ। ਆਹ ਗੁਰਬਾਣੀ ਸੀਗੀ ਤੇਰੇ ਕੋਲ, ਇਸੇ ਨੂੰ ਇਸੇ ਦੀ ਵਿਆਖਿਆ ਕਰ ਦਿੰਦਾ। ਜ਼ਰੂਰਤ ਹੈ ਅਵਤਾਰ ਬਾਣੀ ਲਿਖਣੀ ਸੀ, ਇੱਥੋਂ ਆਦਮੀ ਦੀ ਅਵਸਥਾ ਦਾ ਪਤਾ ਲੱਗਦਾ, ਹੰਕਾਰ ਦਾ ਪਤਾ ਲੱਗਦਾ, ਕਿੱਥੇ ਖੜਾ ਸੀ। ਉਹਦਾ ਦਾਸ ਹੈ ਹੀ ਨਹੀਂ, ਦਾਸ ਹੈ ਇੱਕ ਨਿਆਰਾ, ਉਹਦਾ ਅਵਤਾਰ ਬਣਦਾ ਆਪਣੇ ਆਪ 'ਚ, ਉਹਦਾ ਅਵਤਾਰਾਂ ਦੀ ਰੀਸ ਕਰਦਾ, ਉਹਦਾ ਹੰਕਾਰੀ ਹੈ। ਜਿਹੜਾ ਰਾਜਾ ਹੈ ਉਹਦਾ ਨਰਕੇ ਜਾਂਦਾ ਹੁੰਦਾ, ਤਾਂ ਉਹ ਰਾਜ ਰਾਜੋ ਅਵਤਾਰਾਂ ਨੂੰ ਰਾਜੇ ਮੰਨਿਆ ਹੈ, ਸਮੇਂ ਸਮੇਂ ਦੇ ਰਾਜੇ ਅਵਤਾਰ ਹੋਏ ਤੇ ਇਹੀ ਮੰਨਿਆ ਨਾ ਗੁਰਬਾਣੀ। ਹੁਣ ਇਹ ਨਹੀਂ ਸੀ ਪਤਾ ਉਹਦਾ ਨਰਕ, ਉਹਨਾਂ ਦਾ ਉਹ ਜਾਂ ਉਹਨਾਂ ਦਾ ਰਾਹ ਵੀ ਸਿੱਧਾ ਨਰਕ ਹੈ, ਨਰਕ ਘੋਲ ਕਾ ਦੁਆਰਾ। ਗੁਰਬਾਣੀ ਜੇ ਪੜ੍ਹੀ ਹੁੰਦੀ ਸ਼ਾਇਦ ਉਹ ਨਾ ਕਹਿੰਦਾ ਇਹ ਗੱਲ। ਗੁਰਮੁਖ ਜੇ ਘਟ ਰਹੇ ਸਮਾਈ, ਨਾਨਕ ਤੇ ਜਨ ਮਿਲੀ ਵਡਾਈ। ਗੁਰਮੁਖੀ ਜੇ ਘਟ ਰਹੇ ਸਮਾਈ, ਜੇ ਘਟ ਰਹੇ ਸਮਾਈ ਗੁਰਮੁਖੀ ਨੂੰ ਕਹਿੰਦੇ ਨੇ।